ਅਸਲਾਮ ਵਾਲੇਕੁਮ ਦੋਸਤੋ, ਮੈਂ ਹਾਂ ਤੁਹਾਡਾ ਮੇਜ਼ਬਾਨ ਰਜਬ ਅਲੀ। ਤੁਸੀਂ ਵੇਖ ਰਹੇ ਰਜਬ ਅਲੀ ਟੀ ਵੀ। ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈੱਲ ਆਈਕੋਨ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ, ਜਿਵੇਂ ਕਿ ਅਸੀਂ ਮੱਝਾਂ ਦੀਆਂ ਗਾਵਾਂ ਦੀਆਂ ਵੀਡੀਓ ਅਪਲੋਡ ਕਰਦੇ ਰਹੇ ਹਾਂ, ਅੱਜ ਅਸੀਂ ਤੁਹਾਡੇ ਵਾਸਤੇ ਇੱਕ ਤਾਜ਼ੀ ਸੂਈ ਦੀ ਮੱਝ ਲੈ ਕੇ ਆਏ, ਜਿਹਨੇ ਅਜੇ ਜੇਰ ਵੀ ਨਹੀਂ ਪਾਈ। ਮੇਰਾ ਕੈਮਰਾਮੈਨ ਵਹਾਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂ। ਤਸੱਲੀ ਨਾਲ ਕੈਮਰਾਮੈਨ ਸਾਹਿਬ ਵਹਾਓ ਜੀ। ਦੋਸਤੋ, ਹਲੇ ਹੁਣੇ ਹੀ ਸੂਈ ਹੈ, ਤਕਰੀਬਨ ਘੰਟਾ ਵੀ ਨਹੀਂ ਹੋਇਆ ਅਤੇ ਅਸੀਂ ਪਹੁੰਚੇ ਹਾਂ। ਸੂਣ ਵਾਲੀ ਮੈਚ 'ਤੇ ਸੱਦਿਆ ਸੀ ਉਹਨਾਂ ਨੇ, ਸਾਢੇ ਆਉਣ ਤੋਂ ਪਹਿਲੇ ਸੂਪ ਹੀ ਜਨਾਬ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਇਹਦੀ ਇੱਕ ਇੱਕ ਚੀਜ਼ ਵਹਾ ਦਿੰਦਾ, ਬਾਕੀ ਮਾਲਕ ਕੋਲੋਂ ਪੁੱਛਾਂਗੇ ਇੱਕ ਇੱਕ ਚੀਜ਼ ਇਹਦੀ ਜਨਾਬ। ਵੀਰ ਜੀ, ਤੇਰੀ ਮੱਝ ਤਾਂ ਮੂੰਹ ਪੱਟ ਲੈਂਦੀ ਅਤੇ ਟੁਰਦੀ ਨਹੀਂ ਦੀ। ਵੀਰ ਜੀ, ਮੈਂ ਇਹਨੂੰ ਕੋਈ ਥੋੜ੍ਹਾ ਟੋਰੋ ਨਾ, ਹਲਦੀ ਨਹੀਂ ਪਈ ਉਹ। ਵੈਸੇ ਮਾੜਾ ਜਿਹਾ ਆਸਰਾ ਜਿਹਾ ਕਰਾ ਦੇ, ਦੂਸਰੀ ਸਾਈਡ ਤੋਂ ਥਣ ਮਾਣੇ ਨੇ ਬਸ। ਇਹ ਦੋਸਤੋ ਟੁਰਦੀ ਵੀ ਦੇਖ ਸਕਦੇ ਜੀ, ਅਤੇ ਹਰ ਚੀਜ਼ ਜਨਾਬ ਸਾਡੇ ਕੈਮਰਾਮੈਨ ਨੇ ਤੁਹਾਨੂੰ ਵਹਾਤੀ ਹੈ। ਬਾਕੀ ਇਹਦਾ ਬੱਚਾ ਵੀ ਤੁਹਾਨੂੰ ਵਹਾ ਦਿੰਦੇ ਹਾਂ ਜੀ, ਨਾਲ ਹੀ ਉਹਦੇ ਅੱਗੇ ਹੀ ਬੈਠਾ ਮਸਲ ਕੋਲੇ ਹੀ। ਇਹ ਦੋਸਤੋ ਇਹਦੇ ਮਗਰ ਕੱਟਿਆ ਹੈਗਾ ਜੀ, ਅਜੇ ਤੀਕਰ ਹੁਣੇ ਹੀ ਸੂਈ ਹੈ, ਕੱਟੇ ਕੋਲੋਂ ਖੜੋਤਾ ਵੀ ਨਹੀਂ ਜਾਂਦਾ। ਫਿਰ ਜੀ ਬੰਨ ਦਿਓ ਜੀ ਅਤੇ ਆ ਜਾਓ ਰੋਣਾ। ਅਸਲਾਮ ਵਾਲੇਕੁਮ ਜੀ ਵੀਰ ਜੀ। ਵਾਲੇਕੁਮ ਸਲਾਮ ਜੀ। ਹੋਰ ਜੀ ਪੀਰ ਜੀ, ਕੀ ਹਾਲ ਹੈ? ਅਲਹਮਦੁਲਿਲਾ ਜੀ। ਪੀਰ ਜੀ, ਕਿੰਨੀ ਕੁ ਦੇਰ ਹੋ ਗਈ, ਘੰਟਾ ਹੋ ਗਿਆ ਜਾਂ ਨਹੀਂ ਹੋਇਆ ਜੀ? ਤਕਰੀਬਨ ਘੰਟਾ ਕੀ ਹੋ ਗਿਆ। ਘੰਟਾ ਹੋ ਗਿਆ ਜੀ? ਹਾਂ। ਬੋਲਾ ਤਾਂ ਨਹੀਂ ਕੱਢਿਆ ਲਈ? ਨਹੀਂ, ਹਾਲੇ ਨਹੀਂ ਕੱਢਿਆ। ਨਹੀਂ ਕੱਢਿਆ ਜੀ। ਅੱਛਾ ਜੀ, ਅਤੇ ਇਹਦੀ ਮੁਨਾਸਬ ਜੀ ਕੀਮਤ ਦੱਸ ਦਿਓ ਅਤੇ ਸੁਬਹਾ ਵੀ ਦੱਸ ਦਿਓ ਕਿੰਨਵੇਂ? ਸੁਬਹਾ ਜੀ ਤੀਸਰਾ। ਤੀਸਰਾ ਸੁਬਹਾ ਜੀ? ਬਿਲਕੁਲ। ਮੁਨਾਸਬ ਜੀ ਕੀਮਤ ਦੱਸ ਦਿਓ ਜੀ। ਇਹਦਾ ਮੁੱਲ ਕਰਨਾ 2,40,000। 2,40,000? ਕੋਈ ਪਿਆਰ ਮੁਹੱਬਤ ਉਹ ਕਰ ਲਾਂਗੇ। ਠੀਕ ਹੋ ਗਿਆ। ਦੋਸਤੋ ਕਹਿ ਰਹੇ ਨੇ ਕਿ 2,40,000 ਰੁਪਈਆ ਦੀ ਕੀਮਤ ਹੈ, ਪਿਆਰ ਮੁਹੱਬਤ ਕਹਿੰਦੇ ਨੇ ਕਰ ਲਾਂਗੇ, ਮਗਰ ਇਹਦੇ ਕੱਟਿਆ ਜਨਾਬ ਆ ਖੜਾ, ਕੋਲੇ ਬੈਠਾ ਜੇ ਤੀਕਰ ਉੱਠਣ ਨਹੀਂ ਲੱਗਿਆ। ਅਤੇ ਇਹ ਰਾਤ ਅਸੀਂ ਜਨਾਬ ਗਾਵਾਂ ਦੀਆਂ ਵੀਡੀਓ ਬਣਾਈ ਸੀ, ਦੋਸਤ ਕਹਿ ਰਹੇ ਸਨ ਕਿ ਯਾਰ ਨਜ਼ਰ ਨਹੀਂ ਆ ਰਹੀਆਂ, ਇਹ ਮੇਰਾ ਕੈਮਰਾਮੈਨ ਤੁਹਾਨੂੰ ਨਾਲ ਗਾਵਾਂ ਵੀ ਵਿਖਾ ਦਿੰਦਾ ਜੀ। ਦੋਸਤੋ ਇਹ ਕਾਲੀ ਗਾਂ ਹੈ, ਜਿਹਦੇ ਥੱਲੇ ਦੱਸਿਆ ਸੀ ਕਿ 16 ਕਿਲੋ ਦੁੱਧ ਦੇ, ਪੱਕਾ ਤੀਸਰਾ ਸੂਆ। ਤਸੱਲੀ ਨਾਲ ਜਿਹੜਾ ਨਾ ਵਿਖਾ ਦਿਓ ਜਨਾਬ ਇਹਨੂੰ, ਇਹਦਾ ਤੀਸਰਾ ਸੂਆ ਦੋਸਤੋ, 16 ਕਿਲੋ ਦੁੱਧ ਦੇ ਪੱਕਾ, ਹਰ ਪਾਸੋਂ ਸਾਫ਼ ਸੁਥਰੀ ਗਾਂ ਹੈ। ਅਤੇ ਇਹ ਇਹਦਾ ਵੱਛਾ ਬੈਠਾ, ਇਹ ਵੱਛਾ ਵੀ ਜਨਾਬ ਵਿੱਚ ਅਸੀਂ ਤੁਹਾਨੂੰ ਵਿਖਾ ਦਿੰਦੇ ਹਾਂ। ਇਹ ਡੱਬੇ ਰੰਗ ਦੀ ਵੈੜ, ਜਿਹਦੀ ਲਹਿਦਾ ਵੀਡੀਓ ਬਣਾਈ ਸੀ ਜਨਾਬ, ਮੂੰਹ ਧੋਂਦੀ ਹੈ ਮਗਰ ਇਹਦੇ ਵੱਛੀ ਹੈ। ਪੀਰ ਜੀ, ਇਹਦਾ ਕਿੰਨਾ ਦੁੱਧ ਦੱਸਿਆ ਸੀ ਆਪਾਂ ਡੱਬੀ ਵੈੜ ਦਾ? 10 ਕਿਲੋ ਦੁੱਧ, ਪੱਕਾ ਦੁੱਧ ਦੇਣਾ 10 ਕਿਲੋ? ਠੀਕ ਹੋ ਗਿਆ ਜੀ। ਦੋਸਤੋ ਇਹ ਡੱਬੀ ਗਾਂ ਥੱਲੇ ਜਿਹੜਾ 10 ਕਿਲੋ ਦੁੱਧ ਦੱਸਿਆ ਸੀ, ਮੂੰਹ ਧੋਂਦੀ ਹੈ ਜੇ 4-5 ਦਿਨ ਹੋਏ ਨੇ ਸੂਈ ਨੂੰ, ਮਗਰ ਇਹਦੇ ਵੱਛੀ। ਕੈਮਰਾਮੈਨ ਸਾਹਿਬ ਵੱਛੀ ਵਿਖਾ ਦੇ ਜੀ। ਦੋਸਤੋ ਉਹ ਇਹਦੇ ਮਗਰ ਜਿਹੜਾ ਵੱਛੀ ਹੈ ਜੀ, ਰਾਤ ਹਨੇਰਾ ਸੀ ਅਸੀਂ ਜਦੋਂ ਆਏ ਹਾਂ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੀ ਨੇ, ਸਾਡੇ ਨਾਲ ਰਾਬਤਾ ਕਰ ਸਕਦਾ 0307-63-655 ਸਾਡਾ ਵਟਸਐਪ ਨੰਬਰ ਹੈ ਜੀ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼ ਜੀ।